ਆਪਣਾ ਸਮਾਜ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਸਵੰਤ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਕਿ ਮੁਹੰਮਦ ਸਦੀਕ ਦੇ ਕੋਲ ਇੱਕ OBC ਤੇ ਇੱਕ SC ਦਾ ਵੱਖ ਵੱਖ ਸਰਟੀਫਿਕੇਟ ਹੈ। ਉਹਨਾਂ ਦੋਸ਼ ਲਗਾਇਆ ਕਿ ਇਸ ਸੰਬੰਧੀ RO ਫਰੀਦਕੋਟ ਨੇ ਉਹਨਾਂ ਦੀ ਸ਼ਿਕਾਇਤ ਨਹੀਂ ਸੁਣੀ, ਜਿਸ ਕਾਰਨ ਉਹਨਾਂ ਨੇ ਮੁੱਖ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਇੱਥੇ ਦੱਸਣਯੋਗ ਹੈ ਕਿ 2012 ਵਿੱਚ ਵਿਧਾਨ ਸਭਾ ਮਤਦਾਨ ਦੌਰਾਨ ਸਦੀਕ ਜਦੋਂ ਪਦੌੜ ਹਲਕੇ ਤੋਂ ਵਿਧਾਇਕ ਚੁਣੇ ਗਏ ਸੀ ਤਾਂ ਉਹਨਾਂ ਦੀ ਜਾਤੀ ਦਾ ਵਿਵਾਦ ਸਿਆਸੀ ਰੂਪ ਲੈ ਗਿਆ ਸੀ ਅਤੇ ਆਖਿਰਕਾਰ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਸੀ। ਦੂਸਰੀ ਤਰਫ ਸਵੰਤ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਪੰਜਾਬ ਡੈਮੋਕਰੇਟ ਅਲਾਇੰਸ ਦੇ ਫਰੀਦਕੋਟ ਤੋਂ ਉਮੀਦਵਾਰ ਮਾਸਟਰ ਬਲਦੇਵ ਸਿੰਘ ਨੇ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਅਤੇ ਪੰਜਾਬ ਏਕਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹਨਾਂ ਕਿਹਾ ਕਿ ਇੱਕ ਅਹੁਦੇ ਤੇ ਰਹਿ ਕੇ ਕੋਈ ਦੂਸਰੀ ਪਾਰਟੀ ਤੋਂ ਚੋਣ ਕਿਵੇਂ ਲੜ ਸਕਦਾ ਹੈ? ਇਹ ਤੇ ਮਜ਼ਾਕ ਹੈ, ਫਰੀ ਐਂਡ ਫੇਅਰ ਇਲੈਕਸ਼ਨ ਦਾ। ਜਿਸ ਵੇਲੇ ਉਹਨਾਂ ਦਾ ਡੋਮੀਨੇਸ਼ਨ ਦਾ ਪੇਪਰ ਆਇਆ, ਓਬਜੈਕਸ਼ਨ ਸੁਣਨ ਵਾਸਤੇ ਗੱਲ ਆਈ, ਅਸੀਂ 3 ਉਮੀਦਵਾਰ ਉੱਠ ਕੇ ਅਤੇ ਇਸ ਗੱਲ ਦਾ ਓਬਜੈਕਸ਼ਨ ਕੀਤਾ। ਮੈਂ ਸੀ, ਸੁਖਦੇਵ ਸਿੰਘ ਸੀ ਅਤੇ ਬਾਦਲ ਸਿੰਘ ਸੀ। ਅਸੀਂ ਓਬਜੈਕਸ਼ਨ ਕੀਤਾ ਕਿ ਇਹ ਬੰਦਾ ਮਾਸਟਰ ਬਲਦੇਵ ਸਿੰਘ ਐਟ ਦੀ ਸੇਮ ਟਾਈਮ 2 ਪਾਰਟੀਆਂ ਦਾ ਮੈਂਬਰ ਹੈ, ਜਿਹੜਾ ਕਿ ਨਹੀਂ ਹੋ ਸਕਦਾ ਐਂਟੀ ਡਿਫੈਕਸ਼ਨ ਲਾਅ ਅਤੇ ਜਿਹੜਾ ਵੈਸੇ ਵੀ ਸੰਵਿਧਾਨ ਦੇ ਵਿੱਚ ਔਰ ਵੈਸੇ ਵੀ ਜਿਹੜੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਉਹ ਪਹਿਲਾਂ ਪੁੱਛਦੇ ਹੈ। ਜਦੋਂ ਕਿਸੇ ਪਾਰਟੀ ਦਾ ਮੈਂਬਰ ਬਣਨਾ ਹੋਵੇ ਉਹ ਪਹਿਲਾਂ ਪੁੱਛਦੇ ਜੀ ਤੁਸੀਂ ਕਿਸੇ ਹੋਰ ਪਾਰਟੀ ਦੇ ਮੈਂਬਰ ਤੋਂ ਨਹੀਂ ਹੈ? ਜੇ ਕਹਿੰਦਾ ਵੀ ਮੈਂ ਨਹੀਂ ਹਾਂ ਤਾਂ ਫਿਰ ਉਹ ਪਾਰਟੀ ਦਾ ਮੈਂਬਰ ਬਣ ਸਕਦਾ ਅਤੇ ਇਹ ਨੋਮੀਨੇਸ਼ਨ ਕਿਸ ਤਰ੍ਹਾਂ ਕਰਵਾ ਸਕਦਾ 2 ਪਾਰਟੀਆਂ ਦੇ ਵਿੱਚ ਹੁੰਦੇ ਹੋਇਆਂ? ਇਹ ਤਾਂ ਬੇਸਿਕ ਜਿਹੜਾ ਲਾਅ ਹੈ ਨਾ ਉਹਦੇ ਪਰ ਖਿਲਾਫ ਹੈ। ਹੁਣ ਤੁਸੀਂ, ਮੈਂ ਇਹ ਕਿਹਾ ਸੀ ਕਿ ਇਸ ਆਦਮੀ ਨੇ ਰੈਜ਼ਿਗਨੇਸ਼ਨ ਜ਼ਰੂਰ ਦਿੱਤਾ, ਪਾਰਟੀ ਨੂੰ ਦਿੱਤਾ ਰੈਜ਼ਿਗਨੇਸ਼ਨ, ਲੇਕਿਨ ਪਾਰਟੀ ਨੇ ਐਕਸੈਪਟ ਨਹੀਂ ਕੀਤਾ, ਪਾਰਟੀ ਨੇ ਸਪੀਕਰ ਨੂੰ ਫਾਰਵਰਡ ਨਹੀਂ ਕੀਤਾ, ਸਪੀਕਰ ਨੂੰ ਫਾਰਵਰਡ ਨਹੀਂ, ਸਪੀਕਰ ਨੇ ਐਕਸੈਪਟ ਨਹੀਂ ਕੀਤਾ। ਹੀ ਇਜ਼ ਸਟਿਲ ਮੈਂਬਰ ਆਫ ਆਮ ਆਦਮੀ ਪਾਰਟੀ। ਇੱਕ ਪਾਸੇ ਇਹਨੇ ਇਹ ਲਿਖਿਆ ਕਿ ਮੈਂ MLA ਹਾਂ ਅਤੇ ਮੈਂ ਉਹਨਾਂ ਕੋਲ ਨੋ ਡਿਊ ਸਰਟੀਫਿਕੇਟ ਵੀ ਲਿਖ ਕੇ ਦਿੱਤਾ, ਇਹ ਐਡਮਿਟ ਕੀਤਾ ਹੈ। ਦੂਜੇ ਪਾਸੇ ਇਸੇ ਐਫੀਡੈਵਿਟ ਦੇ ਵਿੱਚ ਇਹ ਕਿਹਾ ਕਿ ਮੈਂ ਚੋਣ ਜਿਹੜਾ ਪੰਜਾਬੀ ਏਕਤਾ ਪਾਰਟੀ ਵੱਲੋਂ ਲੜ ਰਿਹਾ ਅਤੇ ਮੈਨੂੰ ਉਹਨਾਂ ਦੇ ਉਹਦੇ ਵੱਲੋਂ ਕੰਸਿਡਰ ਕੀਤਾ ਜਾਵੇ। ਹੁਣ ਇੱਕ ਇਹ ਬੰਦਾ, ਇਹਨੇ ਤਾਂ ਆਪੇ ਸਪਸ਼ਟ ਕਰ ਦਿੱਤਾ ਕਿ ਮੈਂ 2 ਪਾਰਟੀਆਂ ਦਾ ਮੈਂਬਰ ਹਾਂ ਅਤੇ ਜਿਹੜਾ 2 ਪਾਰਟੀਆਂ ਦਾ ਮੈਂਬਰ ਹੈ ਉਹ ਕਿਸ ਤਰ੍ਹਾਂ ਉਹਨਾਂ ਨੂੰ ਐਕਸੈਪਟ ਕੀਤਾ ਜਾ ਸਕਦਾ? ਇਹਦੇ ਵਾਸਤੇ ਵੀ ਉਹੀ ਗੱਲ, ਰਿਟਰਨਿੰਗ ਆਫਿਸਰ ਨੇ ਕਿਹਾ ਜੀ ਸਾਨੂੰ ਐਫੀਡੈਵਿਟ ਦਿਓ, ਅਸੀਂ ਐਫੀਡੈਵਿਟ ਲੈਣ ਗਏ ਹਾਂ ਅਤੇ ਪਿੱਛੋਂ ਡਿਸਪੋਜ਼ ਆਫ ਕਰਤਾ। ਹੁਣ ਇਲੈਕਸ਼ਨ ਕਮਿਸ਼ਨ ਤੋਂ ਤੁਸੀਂ ਕੀ ਮੰਗ ਕਰਦੇ ਦੋਨੇ ਜਿਹੜੇ ਉਮੀਦਵਾਰ? ਇਲੈਕਸ਼ਨ ਕਮਿਸ਼ਨ ਕੋਲ ਮੇਰੀ ਮੰਗ ਬੜੀ ਸਾਫ਼ ਕਲੀਅਰ ਹੈ ਜੀ ਕਿ ਰਿਟਰਨਿੰਗ ਆਫਿਸਰ ਦਾ ਆਰਡਰ ਰਿਵਿਊ ਕੀਤਾ ਜਾਵੇ ਇਮੀਜੀਏਟਲੀ। ਕਿਸੇ ਫੇਅਰ ਬੰਦੇ ਦੇ ਕੋਲੋਂ ਦੁਬਾਰਾ ਓਬਜੈਕਸ਼ਨ ਸੁਣੇ ਜਾਣੇ ਇਹਨਾਂ ਦੇ ਔਰ ਸੁਣ ਕੇ ਇਹਦਾ ਜੁਡੀਸ਼ੀਅਸਲੀ ਡਿਸਾਈਡ ਕੀਤਾ ਜਾਵੇ ਕਿ ਇਹਨਾਂ ਦੀ ਸਕਰੂਟਨੀ ਠੀਕ ਹੋਈ ਹੈ ਜਾਂ ਨਹੀਂ ਹੋਈ। ਇਲੈਕਸ਼ਨ ਕਮਿਸ਼ਨ ਕੋਲ ਪਾਵਰ ਹੈ, ਉਹ ਰਿਟਰਨਿੰਗ ਆਫਿਸਰ ਦੇ ਆਰਡਰ ਨੂੰ ਰਿਵਿਊ ਕਰ ਸਕਦੇ ਨੇ ਔਰ ਇਹ ਇਮੀਜੀਏਟਲੀ ਹੋਣਾ ਚਾਹੀਦਾ। ਜੇਕਰ ਦੂਸਰੀ ਤਰਫ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਇਹਨਾਂ ਦੋਸ਼ੀਆਂ ਨੂੰ ਨਕਾਰਿਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਮੰਨਿਆ ਕਿ ਗਲਤੀ ਨਾਲ ਇੱਕ ਸਰਟੀਫਿਕੇਟ ਉਹਨਾਂ ਨੂੰ ਜਾਰੀ ਕੀਤਾ ਗਿਆ ਸੀ ਪਰ ਨਾਲ ਹੀ ਉਹਨਾਂ ਨੇ ਉਹ ਸਰਟੀਫਿਕੇਟ STM ਨੂੰ ਵਾਪਸ ਕਰ ਦਿੱਤਾ ਸੀ। ਨਾ ਤਾਂ ਮੇਰੇ ਕੋਲ 2 ਸਰਟੀਫਿਕੇਟ ਹੈਗੇ ਨੇ। ਸ਼ਿਕਾਇਤ ਲਾਉਣ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਨੇ ਸ਼ਿਕਾਇਤ ਕਰਨੀ ਹੁੰਦੀ ਹੈ, ਸੱਚੀ ਜਾਂ ਝੂਠੀ ਜੋ ਵੀ ਹੈ,
ਮੇਰੇ ਕੋਲ ਦੋ ਸਰਟੀਫਿਕੇਟ ਨਹੀਂ, ਮੇਰੇ ਕੋਲ ਇੱਕ ਹੀ ਸਰਟੀਫਿਕੇਟ ਹੈ। ਸਰਟੀਫਿਕੇਟ ਉਹਨਾਂ ਨੇ ਦਿਖਾਇਆ ਜੀ ਸਾਨੂੰ ਦੋ, ਇੱਕ 'ਚ ਤੁਹਾਡੇ ਡੂਮ ਦੇ ਨਾਲ ਮਰਾਸੀ ਲਿਖਿਆ ਹੋਇਆ, ਜਿਹੜਾ ਕਿ ਮਰਾਸੀ ਜਿਹੜਾ ਕਿ ਉਹ ਕਹਿੰਦੇ ਗਜ਼ਟ ਦੇ ਵਿੱਚ ਓ ਬੀ ਸੀ ਨੂੰ ਰਿਪ੍ਰੈਜੈਂਟ ਕਰਦਾ, ਅਤੇ ਜਿਹੜਾ ਡੂਮ ਆ ਉਹ ਐਸ ਸੀ ਨੇ। ਦੋ ਸਰਟੀਫਿਕੇਟ ਉਹਨਾਂ ਨੇ ਤੁਹਾਡੇ ਦਿਖਾਏ ਆ, ਉਹਨਾਂ ਨੇ ਪਤਾ ਨਹੀਂ ਕਿੱਥੋਂ ਲੈ ਲਿਆ ਹੋਣਾ। ਜਦੋਂ ਮੇਰਾ ਉਹ ਸਰਟੀਫਿਕੇਟ ਬਣਿਆ ਸੀਗਾ, ਮੈਂ ਉਸ ਵੇਲੇ ਐਸ ਡੀ ਐਮ ਸਾਹਿਬ ਨੂੰ ਵਾਪਸ ਕਰਾਇਆ ਸੀਗਾ। ਮੈਂ ਕਿਹਾ ਜੀ ਮੈਂ ਇਹ ਨਹੀਂ ਹੈਗਾ, ਇਹ ਗਲਤ ਸਰਟੀਫਿਕੇਟ ਹੈ, ਮੇਰਾ ਡੂਮ, ਮੇਰੀ ਡੂਮ ਜਾਤੀ ਹੈ ਜੀ, ਇਸ ਕਰਕੇ ਡੂਮ ਜਾਤੀ ਦਾ ਸਰਟੀਫਿਕੇਟ ਉਹਨਾਂ ਨੇ ਜਦੀ ਬਣਾ ਦਿੱਤਾ। ਤੁਹਾਡੇ ਦੋ ਸਰਟੀਫਿਕੇਟ ਬਣੇ ਸੀਗੇ ਜੀ? ਨਹੀਂ, ਮੇਰਾ ਮਤਲਬ ਜਿਹੜਾ ਪਹਿਲਾਂ ਬਣਿਆ ਤਾਂ ਵਾਪਸ ਕਰਤਾ ਸੀ। ਦੂਜੀ ਗੱਲ ਇਹ ਹੈ ਜੀ, ਚਲੋ ਖੈਰ ਸ਼ਿਕਾਇਤ ਕਰਨਾ, ਕਿਉਂਕਿ ਇਹ ਡੈਮੋਕ੍ਰੇਸੀ ਹੈ, ਇਹਦੇ ਵਿੱਚ ਨਾ ਤਾਂ ਤੁਸੀਂ ਗੁੱਸਾ ਕਰ ਸਕਦੇ ਹੋ ਕਿਤੇ ਸ਼ਿਕਾਇਤ ਕਰਤਾ ਦਾ। ਸਿੱਧੀ ਜੀ ਗੱਲ ਹੈ ਕਿ ਮੇਰਾ ਕੇਸ ਚੱਲਿਆ, ਹਾਈ ਕੋਰਟ ਚੱਲਿਆ, ਫਿਰ ਸੁਪਰੀਮ ਕੋਰਟ ਚੱਲਿਆ, ਸੁਪਰੀਮ ਕੋਰਟ ਨੇ ਮੈਨੂੰ ਕਲੀਨ ਚਿੱਟ ਦਿੱਤੀ ਹੋਈ ਹੈ, ਮੈਂ ਇਸ ਕਰਕੇ ਇਲੈਕਸ਼ਨ ਲੜ ਰਿਹਾ। ਉਹਨਾਂ ਨੇ ਇਹ ਲਾਇਆ ਵੀ ਆਰ ਓ ਨੇ ਉਹਨਾਂ ਦੀ ਗੱਲ ਨਹੀਂ ਸੁਣੀ, ਇਲੈਕਸ਼ਨ ਦਾ ਕੋਈ ਦਬਾਅ ਉਹਨਾਂ 'ਤੇ, ਪੋਲੀਟੀਕਲ ਦਬਾਅ ਜੀ ਕੁਛ ਇੱਦਾਂ ਦਾ? ਮੈਂ ਕੁਛ ਨਹੀਂ ਕਹਿ ਸਕਦਾ, ਆਰ ਓ ਐਸ ਆਈ ਅਫਸਰ ਹੋਊਗਾ, ਮਤਲਬ ਆਈ ਐਸ ਅਫਸਰ ਹੁੰਦਾ ਆਰ ਓ, ਐਵੇਂ ਤਾਂ ਕੋਈ ਗੱਲ ਹੁੰਦੀ ਨਹੀਂ ਹੈ। ਮੈਂ ਨਾ ਉੱਥੇ ਸੀਗਾ ਨਾ ਮੈਨੂੰ ਇਸ ਗੱਲ ਦਾ ਪਤਾ। ਮੋਗੇ ਤੋਂ ਸੀ ਵਨ ਨਿਊਜ਼ ਦੇ ਲਈ ਨਿਸ਼ੀ ਮਨਚੰਦਾ ਦੀ ਰਿਪੋਰਟ।